सो गाइस की हाल चाल है सब दोनों सारे बताएंगे सेक्शन 304 रूबन बटर यो अपना बाइज बैक लेट्स चेक इट। म्यूजिक ट्रॉप प्रोडक्शंस विजुअलाइजर एमएम डिजाइन मिक्स एंड मास्टर डेविड म्यूजिक स्टूडियोज यो सेक्शन 304 लगी हुई है जी। ਜੁਲਾਈ 2024 ਜੱਜ ਪੈ ਹੈ ਤੋ ਨੀ ਕਰਦੇ ਨੀ ਬੰਦਾ ਜੱਜ ਕੰਮ ਤੋਂ ਕੀਤਾ ਨਾ ਵੇਖੀ ਤੂੰ ਅਜਮਾ ਕੇ ਸਬਰ ਦਾ ਪਿਆਲਾ ਪੀਤਾ ਮਾਲੀ ਅਫਗਾਨ ਤੋਂ ਆਉਂਦਾ ਨੀ ਵਿੰਟੇਜ ਕਾਰ ਕੀ ਉਬਨ ਜਰਮਨ ਤੋਂ ਟੂਲ ਮੰਗਾਉਂਦੇ ਨੀ ਮਾਝੇ ਵਿੱਚ ਫਿਰ ਦਾਰੂ ਬਨ ਕਿੰਨੀਆਂ ਅਫਵਾਹਾਂ ਉੱਡੀਆਂ ਹੁਣਾਂ ਤੇ ਗੌਰ ਕਰੀ ਨਾ ਯਾਰ ਲਾਈਕ ਨਿਊ ਸਕੂਲ ਟਾਈਪ ਜੀ ਬੀਟ ਆ ਤੇ ਉਹ ਤੇ ਬਾਈ ਥੋੜਾ ਕਲਾਸੀਕਲ ਫੀਲ ਹੈ ਨਾ ਪੂਰਾ ਖਿੱਚ ਖਿੱਚ ਕੇ ਗਾ ਰਿਹਾ ਵਾ ਯਾਰ ਜਿੰਨਾ ਚਿਰ ਯਾਰ ਜਿਉਂਦਾ ਦੇਣੀ ਮੈਂ ਹੁਣ ਵਰੀ ਨਾ ਆਏ ਤਾਂ ਮਹਿੰਗੇ ਪਾਉਂਦੇ ਨੀ ਮਹਿੰਗੇ ਨੇ ਸ਼ੌਕਰ ਕੰਨੀ ਕੱਲ ਇੱਕ ਫੇਵਾਕਾ ਹੋਇਆ ਸੀਲੇ ਪਰ ਚੌਕਰ ਕੰਨੀ ਗੱਡੀ ਮੈਂ ਮੋੜੀ ਹੀ ਸੀ ਮੂਹਰੇ ਉਹ ਆ ਕੇ ਖੜ ਗਏ ਪਹਿਲੀ ਮੈਂ ਵਾਰੂ ਚਾੜੀ ਉੱਤੋਂ ਉਹ ਸਿਰ ਤੇ ਚੜ ਗਏ ਫਿਰ ਕੀਤੀ ਬਲੀਏ ਕਰਤੀ ਫਿਰ ਜੱਟਾਂਯਾੜੀ ਉਂਝ ਹੀ ਫਿਰ ਨਿਬੜੀ ਬਲੀਏ ਜਿਉਂ ਗੱਲ ਹੁੰਦੀ ਵੱਟਾਂਯਾੜੀ ਪੂਰੀ ਸਟੋਰੀ ਲਾਈਨ ਟਾਈਪ ਟਰੈਕ ਆ ਇਹਦੇ ਤੇ ਵੈਸੇ ਵੀਡੀਓ ਵੀ ਸਟੋਰੀ ਵਾਲੀ ਬਣਾ ਸਕਦੇ ਸੀ ਪੁਲਿਸ ਦਾ ਸਾਇਰਨ ਸੁਣ ਕੇ ਮੌਕੇ ਤੇ ਭੱਜੇ ਆਰਨੀ ਕਹਿੰਦੇ 324 ਲੱਗਣੀ ਪਹਿਲਾਂ ਹੀ ਇੱਕ 304 ਨਹੀਂ ਆਏ ਹਾਏ ਪਹਿਲਾਂ ਹੀ ਇੱਕ 304 ਜਰੀ ਨਾ ਜਾਵੇ ਆਕੜ ਅੜੀ ਵੀ ਭੰਨੇ ਆਰਨੀ ਸੁਣਦੇ ਆ ਕੱਟ ਹੋਰਾਂ ਦੀ ਬਸ ਪਹਿਲਾਂ ਕਹਿੰਦੇ ਪਹਿਲਾਂ ਹੀ ਘੱਟ ਸੁਣਦੇ ਹੈਗੇ ਇਹਦੀ ਉਦੋਂ ਵੀ ਦਿਲ ਦੀ ਸੁਣਦੇ ਹਾਂ ਅਤੇ ਬਸ ਸੁਣਾ ਯਾਰ ਮਗਰ ਦਿਲ ਦੀ ਸੁਣਨੀ ਇਜ਼ ਬੈਟਰ ਬਟ ਉਹੀ ਗੱਲ ਹੁੰਦੀ ਆ ਥੋੜ੍ਹੀ ਜਿਹੀ ਕਿ ਥੋੜ੍ਹਾ ਜਿਹਾ ਸੀਨ ਜਿਹਾ ਸੰਭਾਲ ਕੇ ਹੀ ਪਰਚੇ ਥੋੜ੍ਹੇ ਜਿਹੇ ਲਾਈਕ ਗਾਣਿਆਂ 'ਚ ਵਧੀਆ ਲੱਗਦੇ ਆ ਉਹ ਚੀਜ਼ ਆ ਲਾਈਕ ਰੀਅਲ ਲਾਈਫ 'ਚ ਨਹੀਂ ਇਹ ਚੀਜ਼ਾਂ ਵਧੀਆ ਲੱਗਦੀਆਂ ਇੰਨੀਆਂ ਕੋਟ ਤਰੀਕਾ ਇਹ ਪੂਰਾ ਗਾਣਾ ਹੀ ਉਸ ਸਾਈਡ ਨੂੰ ਲੱਗ ਹੈ ਨਾ ਲਾਈਕ ਆਈ ਐਮ ਨੋਟ ਅ ਨੋਰਮਲ ਪਰਸਨ ਆਪਾਂ ਬਈ ਇੱਦਾਂ ਦੇ ਹਾਂ ਸਿੱਧੀ ਜਿਹੀ ਗੱਲ ਆਪਣੇ ਕੋਈ ਘੁਰੂਗਾ ਆਪਾਂ ਤਾਂ ਚੰਡ ਛੱਡਾਂਗੇ ਉਹ ਵਾਲਾ ਸਿਸਟਮ ਆ ਠੀਕ ਵੀ ਆ ਬਈ ਜੇ ਜੇ ਪੁੱਗਦੀ ਆ ਜ਼ਰੂਰ ਪਗਾ ਉਸ ਚੀਜ਼ ਨੂੰ ਦੂਜਾ ਇੱਕ ਨਾ ਮੈਂ ਦੇਖੀ ਕੀ ਫੀਲ ਕੀਤੀ ਜਿਹੜੀ ਕਿੱਕ ਇਟਸ ਵੈਰੀ ਵੈਰੀ ਟਾਈਟ ਲਾਈਕ ਉਹ ਬਹੁਤ ਟਾਈਟ ਉਹ ਠੱਕ ਦੀ ਆਵਾਜ਼ ਦੇ ਰਹੀ ਆ ਉਹ ਡੰਮ ਦੀ ਆਵਾਜ਼ ਨਹੀਂ ਦੇ ਰਹੀ ਉਹ ਠੱਕ ਦੀ ਆਵਾਜ਼ ਦੇ ਰਹੀ ਆ ਬੇਸ ਲਾਈਨ ਬਹੁਤ ਅਲੱਗ ਚੱਲ ਰਹੀ ਆ ਲਾਈਕ 808s ਨਹੀਂ ਹੈਗੇ ਮੈਨੂੰ ਤਾਂ ਨਹੀਂ ਲੱਗ ਰਹੇ ਅਸਮਾਨ ਦੇ ਪੰਛੀ ਜਾਂਦੇ ਨਾ ਫੜੇ ਰਕਾਨੇ ਜਿੰਨਾ ਚਿਰ ਸਾਨੇ ਚੱਲਦੇ ਆਪਾਂ ਵੀ ਅੜੇ ਰਕਾਨੇ ਤਾਂ ਹੀ ਨਾ ਕਮੇ ਆਉਣੇ ਤੇਰੇ ਜੋ ਹੁਸਨ ਜਾਲਨੇ ਮਾਝੇ ਦੇ ਸ਼ੋਰ ਰਕਾਨੇ ਨੀ ਬੁੱਲਾਂ ਤੇ ਰੱਖਦੇ ਗਾਲ ਨੀ ਫੋਨ ਮੈਂ ਹੈਲਪਿੰਗ ਵਰਬ ਹੈ ਨਾ ਸਾਡਾ ਫਿਰ ਉਹਨੂੰ ਕਹਿ ਦਿੰਦਾ ਨਾ ਕਿ ਲਾਈਕ ਉਹਦਾ ਹੈਲਪਿੰਗ ਵਰਬ ਹੈ ਯਾਰ ਇੰਨਾ ਕੁ ਤਾਂ ਮਾਝੇ ਵਾਲਾ ਤਾਂ ਫਿਰ ਚੱਲਦਾ ਹੀ ਆ ਇਹਨਾਂ ਸਾਡੇ ਸਾਡੇ ਸਲੈਂਗ 'ਚ ਹੀ ਆ ਯਾਰ ਇਹ ਚੀਜ਼ ਥੋੜ੍ਹਾ ਜਿਹਾ ਪਤਾ ਨਹੀਂ ਪਿੰਡ ਕੱਬੇ ਵਾਲੇ ਆ ਜਾਂ ਪਤਾ ਨਹੀਂ ਕੀ ਚੱਕਰ ਆ ਪਰ ਹੈਗਾ ਕਿਤੇ ਨਾ ਕਿਤੇ ਹੂੜ ਮੱਤੀ ਕਹਿ ਸਕਦੇ ਥੋੜ੍ਹਾ ਜਿਹਾ ਮੁੱਕਦਾ ਹੀ ਨਹੀਂ ਮੁੱਕਦੀ ਹੈ ਗੱਲ ਜੀ ਆ ਕੇ ਨੋ ਕੱਲ ਰੇਡੀ ਲਾ ਕੇ ਨਾ ਵੇਖੀ ਫੋਨ ਮਿਲਾ ਕੇ ਧੜਕੇ ਹੀ ਸ਼ੁਰੂ ਹੁੰਦੇ ਨੇ ਮੁੱਕਦੇ ਕੰਮ ਰਾਤ ਨੂੰ ਜਾ ਕੇ ਆ ਕੇ ਤੂੰ ਲਾਈਫ ਮੇਰੀ ਵਿੱਚ ਬਹਿ ਜਾਏਂਗੀ ਦਿਲ ਤੜਾ ਕੇ ਹੁਣ ਤੀ ਕਰ ਜਿੱਤ ਦੇ ਆਏ ਜ਼ਿੰਦਗੀ ਦੀ ਖੇਡ ਰਕਾਨੇ ਬੇਬੇ ਅਰਦਾਸਾਂ ਕਰਦੀ ਬਾਬੇ ਦੀ ਮੇਰ ਰਕਾਨੇ ਨੀ
ਬੇਦੀ ਮੇਰ ਰਕਾਨੀ ਓਏ ਹੋਏ 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 ਕਿਆ ਯਾਰ ਕਿਆ ਕਿੰਨੇ ਸੋਹਣੇ ਤਰੀਕੇ ਨਾਲ ਛੱਡੀ ਲਾਈਨ ਬਾਈ ਸਿਰਫ ਬੀਟ ਆ ਗੁੱਡ ਪਿਆਰੀ ਚੀਜ਼ ਆ ਯਾਰ ਵਧੀਆ ਸੀਗਾ ਮਤਲਬ ਇੱਕ ਅਨਐਕਸਪੈਕਟਡ ਜਦੋਂ ਸਟਾਰਟ ਹੋਇਆ ਤਾਂ ਮੈਨੂੰ ਲੱਗਿਆ ਬਹੁਤ ਹੈਵੀ ਅਤੇ ਬਹੁਤ ਤੇਜ਼ ਚੱਲੇ ਗਏ ਗਾਣੇ ਉਸ ਤਰੀਕੇ ਨਾਲ ਖਿੱਚ ਕੇ ਗਾਇਆ ਹੋਊਗਾ ਪਰ ਨਹੀਂ ਬਹੁਤ ਜਿਵੇਂ ਰਾਈਟ ਸਾਈਡ ਸੋਚਿਆ ਗਾਣਾ ਤਾਂ ਜਮਾ ਹੀ ਲੈਫਟ ਸਾਈਡ ਟਰਨ ਨਿਕਲਿਆ ਉਹ ਚੀਜ਼ ਹੋਈ ਕਿਉਂਕਿ ਬੀਟ ਵਾਜ਼ ਹੈਵੀ ਬੀਟ ਵਾਜ਼ ਹਾਰਡ ਗੁੱਡ ਵਧੀਆ ਕਲਿੱਕ ਕਰ ਰਹੀ ਸੀ ਬੀਟ ਪਰ ਜਿਹੜੇ ਤਰੀਕੇ ਨਾਲ ਬਾਈ ਜੀ ਨੇ ਗਾਇਆ ਉਹ ਬਹੁਤ ਇਜ਼ ਲਾਈਕ ਸਲੋ ਸਮੂਥ ਚਿੱਲ ਜਿਹਾ ਮਾਫੀਆ ਵਾਈਬਸ ਉਸ ਤਰੀਕੇ ਨਾਲ ਹੈ ਨਾ ਪੂਰੀ ਵੀਡੀਓ ਸਲੋ ਮੋਸ਼ਨ ਵਿੱਚ ਬਣੀ ਹੋਈ ਹੈ ਉਸ ਤਰੀਕੇ ਦੀ ਫੀਲ ਆਈ ਉਹ ਚੀਜ਼ ਹੈ ਜੇ ਆਪਾਂ ਵਿਜੂਅਲ ਨੂੰ ਸੋਚੀਏ ਥੋੜ੍ਹਾ ਜਿਹਾ ਬਹਿ ਗਏ ਤਾਂ ਉਹ ਚੀਜ਼ ਨਾਈਸ ਟਰੈਕ ਬਰੋ ਸੀਰੀਅਸਲੀ ਨਾਈਸ ਟਰੈਕ ਯਾਰ ਫਿਊਚਰ ਵਧੀਆ ਦਿਖ ਰਿਹਾ ਜੀ ਇੱਦਾਂ ਹੀ ਕੰਮ ਕਰਦੇ ਗੁੱਡ ਸਤਿ ਸ਼੍ਰੀ ਅਕਾਲ